सारी दुनिया जानती है, बहुत निम्र सुभा से और अदबी सिगा बहुत अपने सीनियरस की, जो म्यूजिक लाइन के चाहिए अपने सीनियरस की बहुत इज्जत करता सी, रिस्पैक्ट करता सी। सारिया यादा साढ़े नाल ही जुड़िया रहन गया, हमेशा ही नाल जुड़िया रहन गया सारी जिंदगी, क्योंकि भुलण वाली कोई गल ही नहीं है, ना ही भुल सकते हैं। साढ़े सुपने अगों से असी देखना चाहते सी उन्हों होर भी अगे कि असी बॉलीवुड बॉलीवुड के देखिए, ये सुपने से जोड़े साढ़े अधूरे रह गए, अगर प्लैनिंग भी सगिया फिल्म लई काफ़ी जल्दी असी शुरू कर रहे थे। ਇੱਕਾਂ ਦੇ ਘਰ ਪੋਤਰੇ ਪੋਤਰਾਂ ਦੇ ਘਰ ਧੀ ਉਹ ਵੀ ਜਾਣ ਤੁਰ ਕਹੀਏ ਕਿੱਦਾਂ ਕਹੀਏ ਪਰਮਾਤਮਾ ਇੰਝ ਨਹੀਂ ਇੰਝ ਕਰ ਪਰਮਾਤਮਾ ਨੂੰ ਕਹਿ ਨਹੀਂ ਸਕਦੇ ਵੀ ਕਿੱਦਾਂ ਨਾ ਉਹਨੂੰ ਕੋਈ ਸੁਜੈਸ਼ਨ ਦੇ ਸਕਦੇ ਆ। अपनी आवाज़ के नाल लोगों के दिलों में राज करन वाले दिलजान जड़े ने कल एक्सीडेंट तो बाद इस संसार नू अलविदा आके ने, ये गड्डी है जिस दे विच दिलजान ने आखिरी साह ले, इस गड्डी दे विच उन्हां दा एक्सीडेंट होया राती 2 बजे के करीब, जिहड़ी कि टो करके इत्थे उन्हां दे दूसरा घर जिहड़ा है उत्थे लैंदी गई है। तुसीं देख सकते हो गड्डी जिहड़ी है मोहरों पूरी तरह डैमेज होई पई है, नंबर प्लेट भी जड़ी है नज़र नहीं आ रही, तुसी देख सकते हो अग्गे ही जड़ी सारी गड्डी कट्ठी हुई पई है, शीशा जड़ा है बुरी तरह जड़ा है टुटिया पिया है, तस्वीर तुसी देख सकते हो, गड्डी दे जड़ियां बारियां है उसनू भी जड़ा है टॉवल दे नाल बन्निया गया है, शीशे दे जड़े टुकड़े ने गड्डी दे अंदर भी डिगे हुए ने तुसी देख सकते हो। ये गड्डी उही है जिस दे विच दिलजान ने जड़े है आखिरी साल है उन्हां दी गड्डी KUV PP08DH3665 ये गड्डी जड़ी है जड़ी के दिलजान ने जिस दे विच आखिरी साल है, तुसी तस्वीरां देख सकते हो जड़ी के उन्हां दे दूसरे घर दे विच पई हुई है जो कि करतारपुर दे विच है, जिते तुसी देख सकते हो बागवानी भी कीती हुई है, ਇੱਥੇ ਦੇ ਉਹਨਾਂ ਦੇ ਦੋਸਤਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਜਿਹੜਾ ਹੈ ਫੁੱਲਾਂ ਦੇ ਨਾਲ ਵੀ ਪਿਆਰ ਸੀ, ਬਾਗ ਦੇ ਨਾਲ ਵੀ ਪਿਆਰ ਸੀ, ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜੇ ਹੈ ਇੱਥੇ ਪੇੜ ਪੌਦੇ ਲਗਾਏ ਗਏ ਨੇ, ਬੂਟੇ ਜਿਹੜੇ ਨੇ ਫਲਾਵਰ ਦੇ ਨੇ ਦੇਖ ਸਕਦੇ ਹੋ ਤੁਸੀਂ, ਗੱਡੀ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ, ਇਹ ਉਹਨਾਂ ਦਾ ਦੂਸਰਾ ਘਰ ਹੈ ਜਿੱਥੇ ਕਿ ਉਹਨਾਂ ਦੀ ਗੱਡੀ ਖੜ੍ਹੀ ਕੀਤੀ ਗਈ ਹੈ, ਅਤੇ ਖੱਬੇ ਪਾਸੇ ਤੁਸੀਂ ਦੇਖ ਸਕਦੇ ਹੋ ਫੁੱਲਾਂ ਵਗੈਰਾ ਦੀ ਜਿਹੜੀ ਹੈ ਖੇਤੀ ਹੈ, ਉਹਨਾਂ ਨੂੰ ਬਾਗਬਾਨੀ ਦਾ ਵੀ ਬਹੁਤ ਸ਼ੌਂਕ ਸੀ। ਇਸ ਤੋਂ ਬਾਅਦ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਉਹਨਾਂ ਦਾ ਘਰ ਜੱਦੀ ਘਰ ਜਿੱਥੇ ਕਿ ਉਹ ਰਹਿੰਦੇ ਸੀ, ਅਤੇ ਤਸਵੀਰਾਂ ਦਿਖਾਉਂਦੇ ਹਾਂ ਤੁਹਾਨੂੰ ਉੱਥੇ ਦੀ, ਤੁਸੀਂ ਦੇਖ ਸਕਦੇ ਹੋ ਤਸਵੀਰਾਂ, ਲੋਕ ਜਿਹੜੇ ਨੇ ਰਿਸ਼ਤੇਦਾਰ ਦੋਸਤ ਮਹੱਲਾ ਨਿਵਾਸੀ ਜਿਹੜੇ ਨੇ ਲਗਾਤਾਰ ਉਹਨਾਂ ਦੇ ਗਮ ਦੇ ਵਿੱਚ ਸ਼ਰੀਕ ਹੋਣ ਦੇ ਲਈ ਪਹੁੰਚ ਰਹੇ ਨੇ, ਤੁਸੀਂ ਦੇਖ ਸਕਦੇ ਹੋ ਸਿੰਗਰ ਵੀ ਪਹੁੰਚੇ ਨੇ, ਉਹਨਾਂ ਦੇ ਜਿਹੜੇ ਔਰਕੈਸਟਰਾ ਵਾਲੇ ਨਾਲ ਦੀ ਨਾਲ ਨੇਤਾ ਵੀ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ, ਤੁਸੀਂ ਦੇਖ ਸਕਦੇ ਹੋ ਅੰਦਰ ਉਹਨਾਂ ਦੇ ਮਾਤਾ ਜੀ ਵੀ ਨੇ ਹੋਰ ਰਿਸ਼ਤੇਦਾਰਾਂ ਦੇ ਨਾਲ ਨਾਲ ਉਹਨਾਂ ਦੇ ਮਹੱਲਾ ਨਿਵਾਸੀ ਵੀ ਨੇ ਵਿਰਲਾਪ ਕਰ ਰਹੇ ਨੇ, ਦੇਖ ਸਕਦੇ ਹੋ ਤਸਵੀਰਾਂ ਤੁਸੀਂ ਦਿਲਜਾਨ ਦੇ ਘਰ ਦੀਆਂ, ਗਮ ਵਾਲਾ ਮਾਹੌਲ ਜਿਹੜਾ ਹੈ ਬਣਿਆ ਹੋਇਆ ਹੈ ਪਰਿਵਾਰ ਦੇ ਉੱਤੇ, ਗਮ ਦਾ ਸਾਇਆ ਆ ਗਿਆ ਹੈ ਕਿਉਂਕਿ ਇੱਕ ਜਵਾਨ ਉੱਭਰਦਾ ਹੋਇਆ ਸਿੰਗਰ ਜਿਹੜਾ ਕਿ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ ਕੱਲ੍ਹ, ਜਿਸਦਾ ਕਿ ਕੱਲ੍ਹ ਐਕਸੀਡੈਂਟ ਹੋ ਗਿਆ, ਐਕਸੀਡੈਂਟ ਤੋਂ ਬਾਅਦ ਹੁਣੇ ਹੁਣੇ ਤੁਸੀਂ ਤਸਵੀਰਾਂ ਵੀ ਦੇਖੀਆਂ ਕਿ ਗੱਡੀ ਜਿਹੜੀ ਹੈ ਮੋਹਰਿਓਂ ਇਕੱਠੀ ਹੋ ਗਈ,
ਅਤੇ ਗੱਡੀ ਦੇ ਵਿੱਚ ਹੀ ਦਿਲਜਾਨ ਜੋ ਕਿ ਅੰਮ੍ਰਿਤਸਰ ਤੋਂ ਮੁੜ ਰਿਹਾ ਸੀ ਰਾਤੀ 2 ਵਜੇ ਦੇ ਕਰੀਬ, ਜਿਸ ਤੋਂ ਬਾਅਦ ਜਿਹੜੇ ਦਿਲਜਾਨ ਜਿਹੜੀ ਹੈ ਮੌਤ ਹੋ ਗਈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਪਰਿਵਾਰ ਦੇ ਵਿੱਚ ਗਮ ਵਾਲਾ ਮਾਹੌਲ ਬਣਿਆ ਹੋਇਆ ਹੈ। ਪਰਿਵਾਰ ਦੇ ਗਮ ਦੇ ਵਿੱਚ ਸ਼ਰੀਕ ਹੋ ਰਹੇ ਨੇ ਉਹਨਾਂ ਦੇ ਨਜ਼ਦੀਕੀ ਰਿਸ਼ਤੇਦਾਰ ਦੋਸਤ, ਉਹਨਾਂ ਨੂੰ ਸੁਣਾਉਣ ਵਾਲੇ। ਦੇਖ ਸਕਦੇ ਹੋ ਤਸਵੀਰਾਂ ਤੁਸੀਂ ਦਿਲਜਾਨ ਦੇ ਘਰ ਦੀਆਂ, ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚ ਰਹੇ ਨੇ। ਕੱਲ੍ਹ ਵੀ ਵੱਡੀ ਗਿਣਤੀ ਦੇ ਵਿੱਚ ਸਿੰਗਰ ਦੇ ਨਾਲ ਨਾਲ ਉਹਨਾਂ ਨੂੰ ਚਾਹੁਣ ਵਾਲੇ ਪਹੁੰਚੇ ਸਨ ਘਰ ਉਹਨਾਂ ਦੇ। ਅਤੇ ਅੱਜ ਵੀ ਜਿਹੜਾ ਹੈ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹਨਾਂ ਦੇ ਘਰ ਪਹੁੰਚ ਰਹੇ ਨੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਿਲਜਾਨ ਦੇ ਘਰ ਦੀਆਂ, ਉਹਨਾਂ ਦੇ ਗਮ ਦੇ ਵਿੱਚ ਉਹਨਾਂ ਨੂੰ ਚਾਹੁਣ ਵਾਲੇ ਜਿਹੜੇ ਨੇ ਦਿਲਜਾਨ ਦੇ ਘਰ ਪਹੁੰਚੇ ਹਾਂ। ਦਲਵਿੰਦਰ ਦਿਆਲਪੁਰੀ ਵੀ ਪਹੁੰਚੇ ਨੇ, ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ। ਦਿਆਲਪੁਰੀ ਜੀ, ਲਗਾਤਾਰ ਜਿਹੜੇ ਨੇ ਸਿੰਗਰ ਜਿਹੜੇ ਸੁਰ ਦੀ ਪੂਜਾ ਕਰਦੇ ਸਨ ਉਹ ਜਾ ਰਹੇ ਨੇ, ਕੀ ਕਹਿਣਾ ਚਾਹੋਗੇ ਕੰਮ ਦੀ ਘੜੀ ਦੇ? ਕਹਿਣ ਨੂੰ ਰਿਹਾ ਹੀ ਕੁਛ ਨਹੀਂ ਜੀ। ਮੈਂ ਪੰਜਾਬੀ ਬੁਲਟਨ ਦੇ ਰਾਹੀਂ ਇਹ ਗੱਲ ਬੜੇ ਦੁਖੀ ਹਿਰਦੇ ਨਾਲ ਦੱਸ ਰਿਹਾ ਕਿ ਜਿੱਥੇ ਭਜਨ ਸਮਰਾਟ ਨਰਿੰਦਰ ਚੰਚਲ ਜੀ ਅਤੇ ਸੁਰਾਂ ਦੇ ਸੁਦਾਗਰ, ਸੁਰਾਂ ਦੇ ਸਮਰਾਟ ਸਰਦੂਲ ਸਿਕੰਦਰ ਸਾਹਿਬ ਅਤੇ ਉੱਥੇ ਉਸਤਾਦ ਬੀ ਐੱਸ ਨਾਰੰਗ ਸਾਹਿਬ, ਅਤੇ ਕੱਲ੍ਹ ਸਾਡੇ ਕੋਲੋਂ ਸਾਡਾ ਦਿਲਾਂ ਦੀ ਜਾਨ ਦਿਲਜਾਨ, ਅਤੇ ਉਹ ਜਿੱਥੇ ਜਰਨਲਿਸਟ ਓਬਲੀਸ ਜੀ, ਜਰਨਲਿਸਟ ਮੇਜਰ ਸਿੰਘ ਜੀ, ਅੱਜ ਪ੍ਰੋਫੈਸਰ ਇੰਦਰਜੀਤ ਸਿੰਘ ਜਿਹੜਾ ਤਾਂ ਹੁਣੇ ਮਾਡਲ ਟਾਊਨ ਜਲੰਧਰ ਤੋਂ ਮੈਂ ਸੰਸਕਾਰ ਤੋਂ ਆ ਰਿਹਾ। ਬੜੇ ਪਰਮਾਤਮਾ ਇੱਕਾਂ ਦੇ ਘਰ ਪੋਤਰੇ, ਪੋਤਰਾਂ ਦੇ ਘਰ ਧੀ, ਉਹ ਵੀ ਜਾਣ ਤੁਰ ਕਹੀਏ, ਕਿੱਦਾਂ ਕਹੀਏ ਪਰਮਾਤਮਾ, ਇੰਜ ਨਹੀਂ ਇੰਜ ਕਰ, ਪਰਮਾਤਮਾ ਨੂੰ ਕਹਿ ਨਹੀਂ ਸਕਦੇ ਵੀ ਕਿੱਦਾਂ, ਨਾ ਉਹਨੂੰ ਕੋਈ ਸੁਜੈਸ਼ਨ ਦੇ ਸਕਦੇ ਹਾਂ। ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਪਰਮਾਤਮਾ ਭਲਾ ਕਰ ਸਾਰੀ ਦੁਨੀਆ ਦਾ ਅਤੇ ਸਰਬੱਤ ਦਾ ਭਲਾ ਕਰ। ਮੇਰੇ ਨਾਲ ਬਹੁਤ ਹੀ ਸਤਿਕਾਰਯੋਗ ਮੇਰੇ ਸੀਨੀਅਰ ਬਖਸ਼ ਬਿੱਲਾ ਜੀ, ਬਹੁਤ ਸਾਰੇ ਫਨਕਾਰਾਂ ਦੇ, ਕਲਾਕਾਰਾਂ ਦੇ, ਮੀਡੀਆ ਦੇ, ਬਾਹਰਲੇ ਚੈਨਲਾਂ ਤੋਂ ਬਹੁਤ ਸਾਰੇ ਮੈਨੂੰ ਕਾਲਿੰਗ ਆ ਰਹੀ ਆ, ਸਾਰਿਆਂ ਨੂੰ ਅਟੈਂਡ ਕਰਨਾ, ਸਾਰਿਆਂ ਨੂੰ ਦੱਸਣਾ। ਅਤੇ ਇਹ ਬਹੁਤ ਸਾਰੇ ਮੀਡੀਆ ਨੇ ਐਡਵਾਂਸ ਖਬਰ ਚਲਾਤੀ ਵੀ ਪੋਸਟਮਾਰਟਮ ਹੋ ਗਿਆ ਜਾਂ ਸੰਸਕਾਰ ਹੋ ਗਿਆ। ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਫੇਕ ਨਿਊਜ਼ ਨਾ ਚਲਾਉਣ। ਹਜੇ ਕੁਛ ਨਹੀਂ, ਹਜੇ ਸਿਰਫ ਕੈਨੇਡਾ ਤੋਂ ਉਹਨਾਂ ਦੀ ਫੈਮਿਲੀ ਆਏਗੀ ਅਤੇ ਫਿਰ ਉਸ ਤੋਂ ਬਾਅਦ ਉਹਨਾਂ ਦਾ ਉੱਥੇ ਕੋਵਿਡ ਟੈਸਟ ਹੋਏਗਾ 72 ਘੰਟੇ ਦਾ, ਫਿਰ ਬੁਕਿੰਗ ਹੋਏਗੀ, ਫਿਰ ਵੀਜ਼ਾ ਮਿਲੇਗਾ, ਫਿਰ ਆਉਣਗੇ ਫਿਰ। ਬਿਲਕੁਲ, ਤੁਸੀਂ ਬਹੁਤ ਸਾਰੇ ਸਿੰਗਰਾਂ ਨੂੰ ਮਿਲਦੇ ਰਹਿੰਦੇ ਹੋ, ਕਿਹੋ ਜਿਹਾ ਸੁਭਾਅ ਸੀ ਦਿਲਜਾਨ ਦਾ? ਦਿਲਜਾਨ ਹੀ ਇਜ਼ ਅ ਵੈਰੀ ਨਾਈਸ ਪਰਸਨ, ਹੋਨਸਟ ਪਰਸਨ ਐਂਡ ਡਾਊਨ ਟੂ ਅਰਥ, ਬਹੁਤ ਵਧੀਆ ਬੰਦਾ ਸੀ ਜਿਹੜਾ ਐਡਾ ਵੱਡਾ ਨਾਂ। ਇੱਕ ਨਾ ਮੈਚ ਚੱਲਦਾ ਹੁੰਦਾ ਸੀ ਭਾਰਤ ਅਤੇ ਪਾਕਿਸਤਾਨ ਦਾ, ਉਹ ਲੋਕ ਇਹ ਮੈਚ ਜ਼ਰੂਰ ਦੇਖ ਦਿੰਦੇ ਆ ਵੀ ਹੋਰ ਕਿਸੇ ਨਾਲ T20 ਲੱਗੇ ਜਾਂ ਟੈਸਟ ਮੈਚ ਲੱਗੇ, ਪਰ ਪਾਕਿਸਤਾਨ ਦਾ ਮੈਚ ਜ਼ਰੂਰ ਦੇਖਦੇ ਹੁੰਦੇ ਆ। ਇੱਦਾਂ ਹੀ ਸੁਰਖ ਸ਼ੇਤਰ ਪਾਕਿਸਤਾਨ ਦੇ ਨਾਲ ਅਤੇ ਡੁਬਈ ਦੇ ਨਾਲ, ਡੁਬਈ ਦੇ ਵੈਨਿਊ ਡੁਬਈ ਦੇ ਵਿੱਚ ਸੀ, ਉੱਥੇ ਕੰਪੀਟੀਸ਼ਨ ਸੀਗਾ, ਇਹ ਕਲਰ ਦੇ ਵਿੱਚ ਬਹੁਤ ਵੱਡਾ ਸੁਰਖ ਸ਼ੇਤਰ ਸੀ, ਇਹ ਜ਼ਰੂਰ ਦੇਖਦੇ ਸੀਗੇ। ਵੱਡੀ ਸਭ ਤੋਂ ਗੱਲ ਇਹ ਸੀ ਕਿ ਇੱਕ ਸਾਡੇ ਕਰਤਾਰਪੁਰ ਦਾ ਬੰਦਾ ਜਿਹੜਾ ਪੂਰੇ ਇੰਡੀਆ ਨੂੰ ਰਿਪ੍ਰਜੈਂਟ ਕਰ ਰਿਹਾ, ਬਹੁਤ ਦੁਨੀਆ ਭਰੀ ਪਈ ਦੁਨੀਆ, ਅਤੇ ਹਸਪਤਾਲ ਭਰੇ ਪਏ ਨੇ, ਰੇਲ ਗੱਡੀਆਂ ਭਰੀਆਂ ਪਈਆਂ, ਬੱਸ ਸਟੈਂਡ ਭਰੇ ਪਏ ਨੇ, ਚੌਂਕ ਭਰੇ ਪਏ, ਪਰ ਇੱਕੋ ਇੱਕ ਵਾਹਦ ਉਹ ਸ਼ਖਸੀਅਤ ਦਿਲਜਾਨ ਜਿਹੜਾ ਇੰਡੀਆ ਨੂੰ ਰਿਪ੍ਰਜੈਂਟ ਕਰ ਰਿਹਾ। ਉਹ ਦਿਲਜਾਨ ਬਹੁਤ ਵਧੀਆ ਇਨਸਾਨ ਸੀ, ਜਿੱਥੇ ਗਾਉਂਦਾ ਬਹੁਤ ਵਧੀਆ ਸੀ, ਉੱਥੇ ਉਹਦੀ ਸੁਭਾਅ ਬਹੁਤ ਵਧੀਆ, ਉੱਥੇ ਉਹਦੀ ਸੁਰ 'ਤੇ ਬੜੀ ਪਕੜ ਸੀ, ਰਿਦਮ 'ਤੇ ਬੜੀ ਪਕੜ ਸੀ, ਅਦਬ ਬਹੁਤ ਕਰਦਾ ਸੀ। ਮੈਂ ਇੱਥੇ ਸ਼ਹਿਰ ਦਾ ਹੋਣ ਕਰਕੇ ਮੇਰਾ ਬੜਾ ਰਿਸਪੈਕਟ ਕਰਦਾ ਸੀ ਸ਼ੁਰੂ ਤੋਂ, ਮੇਰੇ 'ਤੇ ਛੋਟੇ ਹੁੰਦਾ, ਕਿਉਂਕਿ ਉਹਨਾਂ ਦੇ ਉਸਤਾਦ ਜੀ ਮਡਾਰ ਕਰਤਾਰ ਵੀ ਸਾਹਿਬ ਸਾਡੇ ਵੀ ਉਸਤਾਦ ਜੀ ਨੇ, ਸਾਡੀਆਂ ਕੰਪੋਜੀਸ਼ਨਾਂ, ਸਾਨੂੰ ਪਕੜ, ਸਾਨੂੰ ਦੱਸਣਾ, ਰਹਿਣਾ ਬਹਿਣਾ ਜਾਣਾ ਆਉਣਾ, ਖਾਣਾ ਪੀਣਾ ਅਤੇ ਖੜ੍ਹਨਾ ਅਤੇ ਮਾਈਕ ਫੜਨਾ ਅਤੇ ਕੱਪੜਾ ਪਾਉਣਾ, ਇਹ ਮਡਾਰ ਕਰਤਾਰ ਵੀ ਸਾਹਿਬ ਉਹਨਾਂ ਦੇ ਫਾਦਰ ਸਾਹਿਬ ਨੇ ਸਾਨੂੰ ਸਾਰਾ ਕੁਛ ਦੱਸਿਆ। ਪਰ ਸਾਨੂੰ ਸਾਰਿਆਂ ਨੂੰ ਬਹੁਤ ਸਾਰਾ ਘਾਟਾ ਹੈ, ਦੇਖੋ ਉਹਦੇ ਮਜੀਸ਼ੀਅਨ ਵਿਜੇ ਮਿੱਟਲ ਜੀ, ਸ਼ਿਵ ਜੀ, ਬੜਕੂ ਜੀ ਔਰ ਸਾਡੇ ਬਹੁਤ ਵਧੀਆ ਸਰਗਰਮ ਨਿਤਾੜਕ ਨੇਤਾ ਜੀ
बलविंदर जी भी अज अफसोस से आए ने, उन्होंने ब्रदर सारे। आखिरी मुलाकात तुहाडी कदों हुई ते इह कदों पता लगा कि संसार नूं अलविदा कह गए? करतारपुर दे विच बौली महला लास्ट मेरी मुलाकात हुई, उत्थे उन्होंने ब्रदर इलैक्शन से ब्रदर ही कह सकते ना, हाँ ब्रदर इलैक्शन से खड़े हुए सीगे, तो मैनू फोन करके बुलाया भी कंपेन करनी है, तो असीं कंपेन की, मैं ही गाँवदा रहा, तो उधरों चीफ गैसट आ गया जी, मैं कहा दिलजान चल हूँ तू गा, तो उदो चीफ गैसट ने भी जाना, दिलजान ने गाया नहीं। आखिरी मुलाकात साड़ी इदा बैठे बैठे जिदा हूँ आप बैठे, आखिरी मुलाकात वो लगता कि वह नहीं भुलण वाली, करतारपुर बौली महला। किस को पता लगा तुम इस मेरे जेडे मेरे मजिशियन आ उहदे नाल भी जाते हैं, मेरे नाल भी जाते हैं, मेरे मजिशियनों तो मैनू पता लगा जी। हाँ जी, बाकी फेसबुक ट्विटर एंड इंस्टाग्राम यूट्यूब सारे भरे पए ने, वट्सअप भरे पए ने, पर मैं सारिआं दा बहुत जिहड़े साडे दुख दे घड़ी दे विच शरीक होए ने, वो चाहे बुद्धिजीवी ने, चाहे प्रोफेसर ने, चाहे सियासी बंदे ने, चाहे कलाकार गीतकार म्यूजिक डायरेक्टर ने, पूरा वर्ल्ड पूरा, क्योंकि उत्थे इत्थे कल्ले नहीं, उहदा डैडी ठहर सी उहदी कनेडा अमेरिका इंग्लैंड जर्मन फ्रांस न्यूजीलैंड दे विच पहुंच गई। देखो एक बहुत माड़ी घटना वापरी आ, मतलब वैसे भी इस एज एक आम घर दे किसी भी शख्स का तुर जाना वैसे बहुत बड़ी ट्रैजडी हुंदी आ, पर वो यंग एज गए आ, पर वो एक बहुत टैलेंटेड परसन सी जिन्हें कि जिहड़ा सोसाइटी आ उहदे अपने टैलेंट दे राहीं सेवा करनी सी, माँ बाप दे एक सपने जुड़े सी, क्योंकि जदों आम घरां दे विच्चों कोई बच्चा उठदा आ ते क्योंकि सारे आम एक बहुत मतलब एक गरीबी दे दावे जदों कोई सोसाइटी निकलदी आ लोक निकलदे आ ते जे उहनां दे विच्चों एक बच्चा उठे और वह नैशनल इंटरनेशनल लेवल ते जावे ਤਾਂ ਜਿੰਨੀ ਉਹਨਾਂ ਦੇ ਰਿਸ਼ਤੇਦਾਰ ਆ ਪਰਿਵਾਰਕ ਮੈਂਬਰ ਆ ਉਹਦੇ ਵਿੱਚ ਆਪਣੀ ਤਰੱਕੀ ਦੇਖਦੇ ਆ, ਉਹਨਾਂ ਨੂੰ ਲੱਗਦਾ ਵੀ ਸ਼ਾਇਦ ਇਹ ਉੱਠੂੰਗਾ ਅਤੇ ਜਿਹੜੇ ਸਾਡੇ ਸੁਪਨੇ ਪੂਰੇ ਹੋਣਗੇ, ਕਿਉਂਕਿ ਜਿਹੜੇ ਆਮ ਘਰ ਹੁੰਦੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਰੁਤਬੇ ਵਾਲੇ ਬੰਦੇ ਨਹੀਂ ਹੁੰਦੇ, ਜ਼ਿਆਦਾਤਰ ਆਮ ਜਿਹੇ ਬੰਦੇ ਹੁੰਦੇ, ਪਰ ਉਹਨਾਂ ਵਿੱਚੋਂ ਇੱਕ ਬੰਦੇ ਦਾ ਉੱਠਣਾ ਅਤੇ ਉਹ ਇੱਕ ਪਰਿਵਾਰ ਦੇ ਸੁਪਨੇ ਜੁੜੇ ਹੁੰਦੇ ਉਹ ਆਪਣੀ ਤਰੱਕੀ ਦੇਖਦਾ ਆ, ਅਤੇ ਇਸ ਕਰਕੇ ਇੱਦਾਂ ਦੇ ਇਸ ਤਰ੍ਹਾਂ ਇਸ ਸਟੇਜ 'ਤੇ ਇੱਕ ਟੈਲੈਂਟਡ ਬੰਦੇ ਦਾ ਤੁਰ ਜਾਣਾ, ਮਤਲਬ ਉਹ ਪਰਿਵਾਰ ਦਾ ਵੀ ਬਹੁਤ ਘਾਟਾ ਹੈਗਾ ਨਾ ਪੂਰਾ ਹੋਣ ਵਾਲਾ, ਔਰ ਜਿਹੜੀ ਸਾਡੀ ਸੁਸਾਇਟੀ ਆ ਉਹਦੇ ਲਈ ਵੀ ਘਾਟਾ ਹੈਗਾ ਆ, ਕਿਉਂਕਿ ਲੋਕਲ ਬੰਦਾ ਸੀਗਾ ਉਹਦਾ ਕਾਫੀ ਸ਼ਖਸੀਅਤ ਸੀਗੀ, ਅਤੇ ਇਸ ਕਰਕੇ ਸਾਨੂੰ ਲੱਗਦਾ ਵੀ ਬਹੁਤ ਵੱਡਾ ਘਾਟਾ ਪਿਆ ਆ, ਬਹੁਤ ਮਾੜੀ ਘਟਨਾ ਵਾਪਰੀ ਆ, ਪਰ ਇਹਦੇ ਵਿੱਚ ਸਾਰੇ ਅੱਗੇ ਬੇਵੱਸ ਹੈਗੇ ਆ ਕੁਦਰਤ ਦੇ ਅੱਗੇ, ਅਤੇ ਅਸੀਂ ਇਸ ਮੌਕੇ 'ਤੇ ਜਿਹੜਾ ਪਰਿਵਾਰ ਆ ਉਹਦੇ ਨਾਲ ਜਿਹੜਾ ਆਪਣੇ ਵੱਲੋਂ ਜਿਹੜਾ ਆ ਉਹਨਾਂ ਦੁੱਖ ਸਾਂਝਾ ਕਰਨ ਆਏ ਹੈਗੇ। ਬਿਲਕੁਲ, ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇਤਾਵਾਂ ਦੇ ਨਾਲ ਨਾਲ ਸਿੰਗਰ ਅਤੇ ਉਹਨਾਂ ਦੇ ਜਿਹੜੇ ਮਜੀਸ਼ੀਅਨ ਨੇ ਉਹ ਵੀ ਪਹੁੰਚੇ ਹੋਏ ਨੇ, ਅਤੇ ਉਹਨਾਂ ਦੇ ਪਿਤਾ ਜੀ ਵੀ ਨੇ, ਗੱਲਬਾਤ ਕਰਦੇ ਆ ਉਹਨਾਂ ਦੇ ਨਾਲ। ਪਿਤਾ ਜੀ ਤੁਸੀਂ ਦੱਸੋ ਕਿ ਤੁਹਾਨੂੰ ਕਿਸ ਕੋਲੋਂ ਇਹ ਖਬਰ ਮਿਲੀ? ਖਬਰ ਇਹ ਕਿ ਜਦੋਂ ਲੇਟ ਹੋ ਰਿਹਾ ਸੀਗਾ ਤਾਂ ਫਿਰ ਅਸੀਂ ਕਾਲ ਕੀਤਾ, ਅਤੇ ਕਾਲ ਫਿਰ ਕਿਸੇ ਨੇ ਚੱਕੀ ਜੋ ਉੱਥੇ ਉਸ ਵੇਲੇ ਉਹਨੂੰ ਹੈਲਪ ਕਰ ਰਹੇ ਸੀਗੇ, ਅਤੇ ਉਹਨਾਂ ਨੇ ਦੱਸਿਆ ਕਿ ਕੌਣ ਬੋਲਦੇ ਆ, ਤਾਂ ਉਹਨਾਂ ਨੇ ਇਹ ਉਦੋਂ ਦੱਸਿਆ ਕਿ ਇੱਦਾਂ ਦਾ ਐਕਸੀਡੈਂਟ ਹੋ ਗਿਆ, ਜਿਸ ਦਾ ਫੋਨ ਆਏ ਅਤੇ ਤੁਸੀਂ ਆ ਜਾਓ, ਲੋਕੇਸ਼ਨ ਦੱਸੀ ਉਹਨਾਂ ਨੇ ਇੱਥੇ ਜੰਡਿਆਲੇ ਗੁਰੂ, ਤਾਂ ਫਿਰ ਅਸੀਂ ਚੱਲ ਪਏ। ਉਦੋਂ ਇੱਦਾਂ ਹੀ ਸਾਨੂੰ ਪਤਾ ਲੱਗਾ ਕਿ ਅਸੀਂ ਆਪ ਫੋਨ ਕੀਤਾ ਸੀ ਉਹਦੇ ਫੋਨ 'ਤੇ, ਕਿਉਂਕਿ ਉਹ ਕਰ ਨਹੀਂ ਸਕਦੇ ਸੀ, ਉੱਧਰੋਂ ਲੌਕ ਸੀਗਾ ਫੋਨ। ਤੁਹਾਨੂੰ ਕਹਿੰਦੇ ਤੁਸੀਂ ਉਹਨਾਂ ਦੇ ਗੁਰੂ ਜੀ ਵੀ ਸੀ, ਪਿਤਾ ਵੀ ਸੀਗੇ, ਅਤੇ ਕਿਹੋ ਜਿਹਾ ਸੁਭਾਅ ਸੀਗਾ ਦਿਲਜਾਨ ਦਾ? ਸੁਭਾਅ ਸਾਰੀ ਦੁਨੀਆ ਜਾਣਦੀ ਆ, ਬਹੁਤ ਨਿਮਰ ਸੁਭਾਅ ਸੀ ਔਰ ਅਦਬੀ ਸੀਗਾ ਬਹੁਤ, ਆਪਣੇ ਸੀਨੀਅਰਸ ਦੀ ਜੋ ਮਿਊਜ਼ਿਕ ਲਾਈਨ ਦੇ ਵਿੱਚ ਚਾਹੀਦਾ, ਆਪਣੇ ਸੀਨੀਅਰਸ ਦੀ ਬਹੁਤ ਇੱਜ਼ਤ ਕਰਦਾ ਸੀ, ਰਿਸਪੈਕਟ ਕਰਦਾ ਸੀਗਾ, ਬਹੁਤ ਜ਼ਿਆਦਾ ਨਰਮ ਸੁਭਾਅ ਸੀਗਾ ਔਰ ਬਹੁਤ ਕਹਿ ਲਓ ਕਿ ਨਾਈਸ, ਜਿਹਨੂੰ ਕਹਿ ਸਕਦੇ ਹਾਂ ਆਪਾਂ, ਜੈਂਟਲ ਸੀਗਾ। ਕੋਈ ਆਖਰੀ ਯਾਦ ਕੋਈ ਤੁਸੀਂ ਸਾਂਝੀ ਕਰਨੀ ਚਾਹੁੰਦੇ ਹੋ? ਯਾਦ ਉਹਦੀਆਂ ਸਾਰੀਆਂ ਯਾਦਾਂ ਸਾਡੇ ਨਾਲ ਹੀ ਜੁੜੀਆਂ ਰਹਿਣਗੀਆਂ, ਹਮੇਸ਼ਾ ਹੀ ਨਾਲ ਜੁੜੀਆਂ ਰਹਿਣਗੀਆਂ ਸਾਰੀ ਜ਼ਿੰਦਗੀ, ਕਿਉਂਕਿ ਭੁੱਲਣ ਵਾਲੀ ਕੋਈ ਗੱਲ ਹੀ ਨਹੀਂ ਆ, ਨਾ ਹੀ ਭੁੱਲ ਸਕਦੇ ਹਾਂ। ਇੰਨੀ ਛੋਟੀ ਏਜ 'ਚ ਸਾਨੂੰ ਵਿਛੋੜਾ ਦੇ ਗਿਆ, 31 ਸਾਲ ਦਾ ਸੀਗਾ ਸਾਰਾ, ਔਰ 31 ਸਾਲ 'ਚ ਕਹਿ ਲਓ ਕਿ ਜੋ ਅਚੀਵਮੈਂਟਸ ਹੈਗੀਆਂ ਉਹਦੀਆਂ, ਉਹ ਉਹਦੀ ਉਮਰ ਤੋਂ ਕਿਤੇ ਵੱਡੀਆਂ ਆ, ਔਰ ਹਮੇਸ਼ਾ ਸਾਡੀ ਯਾਦਾਂ 'ਚ ਰਹੇਗਾ, ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਸੇ ਵੀ ਤਰ੍ਹਾਂ ਜਿੱਦਾਂ ਵੀ ਹੋ ਸਕਦਾ ਉਹਦੀ ਯਾਦ ਨੂੰ ਹਮੇਸ਼ਾ ਤਾਜ਼ਾ ਰੱਖਾਂਗੇ।
सुपने भी सोचे होंगे कि अगे उदे लिए आ करना सी आ करना सी। हाँ जी, सुपने तो साडे उन्हें काफ़ी पहलों ही पूरे कर दिते सी, जो असी उदे लिए सोचा सीगा कि उदा कैरियर जो है एक प्रोफेशनल सिंगर के तौर पर म्यूजिक लाइन दे विच होवे। उन्हें इंडिया विन किया, इस तो बड़ा सुपना साडा होर की हो सकता सीगा। इंडिया किसी भी खेत्र दे विच इंडिया नू टॉप करना, इंडिया नू रिप्रजेंट करना, वो बहुत वड्डी गल है, भावें स्पोर्ट्स आ भावें म्यूजिक आ जां कोई भी खेत्र हैगा। तो उन्हें इंडिया टॉप करके अगेंस्ट पाकिस्तान रिप्रजेंट किया उन्हें सुरक्षेत्र मुकाबले दे विच। साडे सुपने अगों सीगे, असी देखना चाहुंदे सी उन्हूं होर भी अगे कि असी बॉलीवुड बॉलीवुड दे विच उन्हूं देखिए। ये सुपने सीगे जिहड़े साडे अधूरे रह गए आ। गां प्लैनिंग भी सीगियां फिल्म लई, काफ़ी जल्दी असी शुरू कर रहे सीगे बट पिछले दिन हो सकिया। हाँ जी, नहीं पिछले दिन ही वह सरदूल सिकंदर जी के भी आए सी, बी एस नारंग साहब के भी उत्थे मिले सी, ते बहुत ही पिछले दिन ही शायद हजे बाहरों आए सी, ते शायद हुण बाहर भी जाना सी उन्होंने। हाँ जी, बाहर इस करके नहीं क्योंकि करोना करके उधर भी लॉकडाउन का ही अजे सिलसिला चल रहा है। और कैरियर जो सिंगरस है साढ़े ज आर्टिस्ट आ कैनेडा नाल ज़्यादा कैरियर उन्हों का इतने पंजाब दे विच जां इंडिया दे विच ही असी कह सकते हैं, क्योंकि चा प्रोग्राम के जोड़े स्कोप है जां अपॉर्चुनिटीज़ आ वो इतने बहुत ज़्यादा होंदियां बजाय के कैनेडा अमेरिका जां होर कंट्रीज़ कह लिए इंग्लैंड कह लिए। उत्थे तो कोई शोज़ ही होंगे जेडे कि सोल्ड शोज़ होंगे, इतने तुम पता है कि हर थान कोई जागरण आ, कोई दरबार से मेला आ जिथे कि टिकट नहीं होंगी और आम हजूम जो है वो इकट्ठा हो जाता है, लोग चाहते अपने आर्टिस्ट देखते आ सुनते। इस दुख की घड़ी दे विच असी परमात्मा अगे अरदास करते हैं कि परमात्मा जिहड़ा है ये दुख सहन की क्षमता परिवार नूं बख्शे। कैमरा परसन विजय के नाल जगदीप सिंह, पंजाबी बुलेटिन, जलंधर।